ਅਤੇ ਧੰਨ ਧੰਨ ਬਾਬਾ ਕਰਮ ਸਿੰਘ ਮਹਾਰਾਜ ਉੱਥੇ ਸਾਧਨਾਂ ਦੀਆਂ ਮੰਡਲੀਆਂ ਚਲ ਗਈਆਂ, ਲੰਗਰ ਚੱਲਣਾ, ਭੰਡਾਰੇ, ਕਥਾ ਕੀਰਤਨ। ਧੰਨ ਧੰਨ ਬਾਬਾ ਕਰਮ ਸਿੰਘ ਸਾਹਿਬ ਨੂੰ ਕਹਿੰਦੇ ਮਹਾਰਾਜ ਹੁਣ ਛੁੱਟੀ ਦਿਓ ਕਿ ਸ਼ਰਾਧਾਂ ਦੀ ਮੱਸਿਆ, ਹਮ ਗੰਗਾ ਜਾਏਂਗੇ, ਗੰਗਾ ਮਈਆ ਮੈਂ ਇਸ਼ਨਾਨ ਕਰੇਂਗੇ। ਸੰਤ ਕਹਿਣ ਲੱਗੇ ਅਤੇ ਸੰਤ ਜੀ ਇਹ ਦੇਖੋ ਕਿੰਨਾ ਸੋਹਣਾ ਬਣਿਆ ਆ, ਲੰਗਰ ਪਾਣੀ ਚੱਲ ਰਿਹਾ ਆ, ਕਥਾ ਕੀਰਤਨ, ਆਨੰਦ ਲਓ, ਦਿਲ ਨਾ ਹਟੇ। ਕਹਿੰਦੇ ਚਲੋ ਫਿਰ ਤੁਹਾਨੂੰ ਵਿਦਾ ਕਰਿਆਈਏ। ਸੰਤ ਵਿਦਾ ਕਰਨ ਆ ਗਏ, ਹਾਥੀ ਬਰਛੀ ਸੀ, ਸੰਤਾਂ ਨੂੰ ਬਰਛੀ ਨੇ ਇਉਂ ਮਾਰੀ ਧਰਤੀ, ਤਿੰਨ ਸੂਮੇ ਫੁੱਟ ਕੇ ਇਉਂ ਬਾਰਾਂ ਬਾਰਾਂ ਜਿਵੇਂ ਫੁਹਾਰੇ ਦਾ ਪਾਣੀ ਵਗਣ ਲੱਗ ਪਿਆ। ਅਤੇ ਨਾਲ ਬਚਨ ਗਿਆ, ਜਨ ਕਹਿ ਚਰਨ ਤੀਰਥ ਕੋਟ ਗੰਗਾ। ਕਹਿੰਦੇ ਜਿੱਥੇ ਜਨ ਚਰਨ ਰੱਖਦਾ ਨਾ, ਕਰੋੜਾਂ ਗੰਗਾ ਉੱਥੇ ਨਿਵਾਸ ਕਰਦੀਆਂ, ਕਰੋੜਾਂ ਠਾਠ ਤੀਰਥ ਨਿਵਾਸ ਕਰਦੇ ਆ। ਬੈਕੁੰਠ ਨਗਰ ਜਹਾਂ ਸੰਤ ਵਾਸਾ, ਜਿੱਥੇ ਮਹਾਂਪੁਰਖ ਰਹਿੰਦੇ ਉਹੀ ਨਗਰੀ ਬੈਕੁੰਠ ਹੈ।